ਕੰਬਾਈਨ ਸੇਲ ਪੰਜਾਬ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ। ਜੇ ਤੁਸੀਂ ਵੀ ਆਪਣੀ ਕਿਸੇ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਐਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 4-5 ਫੋਟੋਆਂ ਜਾਂ 2-3 ਮਿੰਟ ਦੀ ਵੀਡੀਓ ਬਣਾ ਕੇ ਸਾਡੇ WhatsApp ਨੰਬਰ ਤੇ ਭੇਜੋ, ਤੁਹਾਡੀ ਐਡ ਲਗਾ ਦਿੱਤੀ ਜਾਵੇਗੀ। ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲੇਗਾ। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਜੱਸੀ ਕੰਬਾਈਨ। ਦੇਖ ਸਕਦੇ ਹੋ ਜੱਸੀ 998 ਕੰਬਾਈਨ ਬਕਾਊ ਆ। ਕੰਡੀਸ਼ਨ ਦੇਖ ਸਕਦੇ ਹੋ, ਸਾਰੀ ਮਸ਼ੀਨ ਬਿਲਕੁਲ ਏਵਨ ਕੰਡੀਸ਼ਨ ਦੇ ਵਿੱਚ ਖੜ੍ਹੀ ਹੈਗੀ। 2009 ਮਾਡਲ ਹੈਗਾ, ਡਿਸਪੋਜਲ ਇੰਜਨ ਦੇ ਨਾਲ ਆ ਮਸ਼ੀਨ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਆਊਟਰ ਪਾਈਪ ਬਿਲਕੁਲ ਓਕੇ ਆ, ਸੀਲਡਾਂ ਦੇਖ ਸਕਦੇ ਹੋ, ਟੂਲ ਬੋਕਸ ਦੇਖ ਸਕਦੇ ਹੋ, ਬੈਟਰੀ ਬੋਕਸ ਦੀ ਗੱਲ ਕਰੀਏ। ਦੂਜੀ ਸਾਈਡ ਤੋਂ ਐਲੀਵੇਟਰ ਦੇਖ ਸਕਦੇ ਹੋਗੇ, ਰੇਡੀਏਟਰ ਦੇਖ ਸਕਦੇ ਹੋਗੇ, ਡੀਜ਼ਲ ਟੈਂਕ ਦੀ ਕੰਡੀਸ਼ਨ ਵਗੈਰਾ, ਪਿਛਲੇ ਹਿੱਸੇ ਦੀ ਪੂਛ ਦੀ ਕੰਡੀਸ਼ਨ ਦੇਖ ਸਕਦੇ ਹੋ। ਸਾਰੀ ਮਸ਼ੀਨ ਪੂਰੀ ਵਧੀਆ, ਪੂਰੀ ਸਾਫ਼ ਕੰਡੀਸ਼ਨ ਦੇ ਵਿੱਚ ਖੜ੍ਹੀ ਹੈਗੀ। 6,25,000 ਰੁਪਏ ਦੀ ਬਾਈ ਹੋਰਾਂ ਦੀ ਡਿਮਾਂਡ ਆ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤਾਂ ਜੋ ਹੋਰ ਨਵੀਆਂ ਨਵੀਆਂ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣ, ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਟੂਲ ਬੋਕਸ, ਬੈਟਰੀ ਬੋਕਸ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ, ਸ਼ੀਲਡਾਂ ਦੇਖ ਸਕਦੇ ਹੋ, ਬੈਲ ਹਾਊਸਿੰਗ ਇੰਜਨ ਪੁਲੀ ਦੀ ਕੰਡੀਸ਼ਨ ਦੇਖ ਸਕਦੇ ਹੋ, ਅਗਲੀ ਪੌੜੀ ਦੇਖ ਸਕਦੇ ਹੋ, ਵਧੀਆ ਸਾਫ਼ ਕੰਡੀਸ਼ਨ 'ਚ ਅਗਲੀ ਪੌੜੀ ਹੈਗੀ। ਕੈਬਨ ਦੇਖ ਸਕਦੇ ਹੋ, ਥ੍ਰੈਸ਼ਰ ਗੈਡਰਮ ਪੁਲੀਆਂ ਦੇਖ ਸਕਦੇ ਹੋਗੇ, ਪੱਖੇ ਦੀ ਕੰਡੀਸ਼ਨ ਦੇਖ ਸਕਦੇ ਹੋ। ਬਾਕੀ ਕਿਸੇ ਵੀਰ ਨੇ ਮਸ਼ੀਨ ਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ, ਮਸ਼ੀਨ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ, ਨੰਬਰ ਤੁਹਾਨੂੰ ਬਾਈ ਹੋਰਾਂ ਦਾ ਡਿਸਕ੍ਰਿਪਸ਼ਨ 'ਚੋਂ ਮਿਲ ਜੂਗਾ, ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕਰਨੀ ਹੈਗੀ। ਸਾਰੀ ਮਸ਼ੀਨ ਬਿਲਕੁਲ ਫੁੱਲ ਓਕੇ ਕੰਡੀਸ਼ਨ 'ਚ ਖੜ੍ਹੀ ਆ, ਮਸ਼ੀਨ ਦਾ ਸਾਰਾ ਕੰਮ ਹੋਇਆ ਪਿਆ ਹੈਗਾ, ਰੰਗ ਪੇਂਟ ਦੀ ਬਿਲਕੁਲ ਓਰੀਜਨਲ ਆ। ਬੈਕ ਸਾਈਡ ਤੋਂ ਪੂਛ ਦੇਖ ਸਕਦੇ ਹੋ, ਝਾਲ, ਬਾਕੀ ਸਟਾਪਵਾਕਰ ਕਰੈਂਕਾਂ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ, ਵਧੀਆ ਸਾਫ਼ ਆ। ਬੈਕ ਸਾਈਡ ਤੋਂ ਹਿੱਸਾ ਵੀ ਦੇਖ ਸਕਦੇ ਹੋਗੇ, ਸਪਿੰਡਲ ਆਰਮਾਂ ਵਗੈਰਾ ਬਿਲਕੁਲ ਓਕੇ ਨੇ, ਸਾਫ਼ ਨੇ ਜੀ। ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਤੁਸੀਂ, ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹੈਗੀ। ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ, ਉਸ ਤੋਂ ਬਾਅਦ ਕਟਰ ਦੀ ਗੱਲ ਕਰੀਏ, ਸਾਰੀ ਓਰੀਜਨਲ ਕੰਡੀਸ਼ਨ ਦੇ ਵਿੱਚ ਖੜ੍ਹੀ ਹੈਗੀ। ਕਟਰ ਦੇਖ ਸਕਦੇ ਹੋ, ਚਮਟਾ ਸਾਫਟ ਵਗੈਰਾ, ਪੁਲੀਆਂ ਵਗੈਰਾ, ਗਰਾਰੀਆਂ ਵਗੈਰਾ, ਰੀਲ ਪੁਲੀ ਦੇਖ ਸਕਦੇ ਹੋ, 6 ਪੈਪਾਂ ਵਾਲੀ ਰੀਲ ਆ, ਰੀਲ ਦੀ ਕੰਡੀਸ਼ਨ ਦੇਖ ਸਕਦੇ ਹੋ, ਪੈਪਾਂ ਦੀ ਕੰਡੀਸ਼ਨ ਦੇਖ ਸਕਦੇ ਹੋ, ਕਟਰ ਦਾ ਟੂਲ ਦੇਖ ਸਕਦੇ ਹੋਗੇ, ਟਰਾਲੇ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ, ਟਰਾਲਾ ਓਕਾਂ ਵਗੈਰਾ, ਕਟਰ ਦੇ ਟਾਇਰ ਵਗੈਰਾ ਦੇਖ ਸਕਦੇ ਹੋ, ਵਧੀਆ ਸਾਫ਼ ਕੰਡੀਸ਼ਨ 'ਚ ਨੇ। ਰੇਲ ਦੇ ਪੱਲੇ ਦੇਖ ਸਕਦੇ ਹੋ, ਵਧੀਆ ਸਾਫ਼ ਕੰਡੀਸ਼ਨ 'ਚ ਨੇ। ਔਗਰ ਦੇਖ ਸਕਦੇ ਹੋ, ਪਰੌਂਗਾਂ ਵਾਲਾ ਔਗਰ ਹੈਗਾ। ਸਾਰੀ ਮਸ਼ੀਨ ਬਿਲਕੁਲ ਈਵਨ ਕੰਡੀਸ਼ਨ ਦੇ ਵਿੱਚ, ਓਕੇ ਕੰਡੀਸ਼ਨ ਦੇ ਵਿੱਚ ਖੜ੍ਹੀ ਆ, ਡਿਸਪੋਜਲ ਇੰਜਨ ਦੇ ਨਾਲ। 6,25,000 ਰੁਪਏ ਦੀ ਬਾਈ ਹੋਰਾਂ ਦੀ ਡਿਮਾਂਡ ਆ। ਕਟਰ ਦੀ ਟ੍ਰੇ ਵੀ ਦੇਖ ਸਕਦੇ ਹੋ ਤੁਸੀਂ, ਕਟਰ ਦੀ ਟ੍ਰੇ ਵੀ ਬਿਲਕੁਲ ਸਾਫ਼ ਪਈ ਹੈਗੀ। ਸਟੈਪ ਪੁਲੀਆਂ ਵਗੈਰਾ ਸਾਰੀਆਂ ਵਧੀਆ ਸਾਫ਼ ਕੰਡੀਸ਼ਨ 'ਚ ਨਹੀਂ ਆ। ਟਾਇਰਾਂ ਦੀ ਕੰਡੀਸ਼ਨ, ਹੱਬਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ। ਬਾਕੀ ਕਿਸੇ ਵੀਰ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਮਸ਼ੀਨ ਬਾਰੇ, ਕੋਈ ਵੀ ਗੱਲਬਾਤ ਕਰਨੀ ਹੋਵੇ ਮਸ਼ੀਨ ਬਾਰੇ, ਨੰਬਰ ਬਾਈ ਦਾ ਡਿਸਕ੍ਰਿਪਸ਼ਨ 'ਚੋਂ ਮਿਲ ਜੂ, ਉੱਤੋਂ ਨੰਬਰ ਲੈ ਕੇ ਬਾਈ ਹੋਰਾਂ ਨੂੰ ਫੋਨ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋਗੇ। ਜੇ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰ ਦਿਓ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ। ਬਹੁਤ ਬਹੁਤ ਧੰਨਵਾਦ ਜੀ।